ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਅਮੀਬਾਇਡ ਸਟੇਜ 'ਚ ਹੋ ਜਾਂਦਾ, ਦੈਨ ਅਮੀਬਾਇਡ ਸਟੇਜ ਦੇ ਵਿੱਚ ਜਦੋਂ ਹੁੰਦਾ ਹੈ ਦੈਨ ਦਿਸ ਅਮੀਬਾ ਦੀ ਹੈਲਪ ਨਾਲ, ਅਮੀਬਾ ਹੈਵਿੰਗ ਅ ਸੂਡੋਪੋਡੀਆ ਵਿਦ ਹੈਲਪ ਆਫ ਦ ਸੂਡੋਪੋਡੀਆ, ਟ੍ਰੋਫੋਜ਼ੋਇਡ ਜਿਹੜਾ ਹੈ ਇਟ ਕੰਜ਼ਿਊਮ ਦ ਸਾਈਟੋਪਲਾਜ਼ਮ ਆਫ ਦ ਕਾਪਸਸ, ਸੋ ਦ ਸਾਈਟੋਪਲਾਜ਼ਮ ਆਫ ਦ ਕਾਪਸਸ ਇਜ਼ ਡਾਈਜੈਸਟਿਡ ਐਂਡ ਅਸਿਮੀਲੇਟਿਡ ਬਾਏ ਦ ਟ੍ਰੋਫੋਪਲਾਸਟ, ਬਟ ਜਿਹੜਾ ਹੀਮੋਗਲੋਬਿਨ ਹੁੰਦਾ ਆਰ ਬੀ ਸੀਜ਼ ਦੇ ਅੰਦਰ ਇਟ ਇਜ਼ ਨੋਟ ਡਾਈਜੈਸਟਿਡ ਐਂਡ ਇਟ ਇਜ਼ ਡੀਕੰਪੋਜ਼ਡ ਇਨ ਟੂ ਅ ਯੈਲੋਇਸ਼ ਬਰਾਊਨ ਪਿਗਮੈਂਟ, ਨੇਮ ਐਜ਼ ਅ ਪਿਗਮੈਂਟ ਦਾ ਨੇਮ ਇਸ ਇਟ ਇਜ਼ ਕਾਲਡ ਐਜ਼ ਅ ਹਿਮੈਟਿਨ, ਸੋ ਵੀ ਨੇਮ ਐਜ਼ ਅ ਹਿਮੈਟਿਨ, ਸੋ ਦਿਸ ਹਿਮੈਟਿਨ ਜਿਹੜਾ ਹੈ ਉਹ ਇੱਕ ਸਮਾਲ ਡਰੋਪਲੈਟ ਦੀ ਫੋਰਮ 'ਚ ਜਾਂ ਪਿਗਮੈਂਟ ਦੀ ਫੋਰਮ 'ਚ ਅਟੈਚ ਰਹਿੰਦਾ, ਸੋ ਇਟ ਇਜ਼ ਅਬਾਊਟ 36 ਆਰ ਆਫ ਦ ਟ੍ਰੋਫੋਜ਼ੋਇਟ ਬਿਕਮ ਮੈਚੋਰ ਇਟ ਅਗੇਨ ਅਜ਼ਿਊਮ ਅ ਰਾਊਂਡਡ ਸ਼ੇਪ, ਜਦੋਂ ਰਾਊਂਡਡ ਸ਼ੇਪ ਲੈਦਾ ਤਾਂ ਆਪਾਂ ਦੇਖਦੇ ਹਾਂ ਕਿ ਇਟ ਇਜ਼ ਜੇ ਉਹਦਾ ਪੂਰੇ ਦਾ ਪੂਰਾ ਸਟਰਕਚਰ ਸਟੱਡੀ ਕਰੀਏ, ਸੋ ਇਟ ਇਜ਼ ਹੈਵਿੰਗ ਅ ਟੂ ਲੇਅਰਸ, ਦੈਟ ਮੀਨਸ ਹੈਵਿੰਗ ਅ ਟੂ ਲੇਅਰ ਥਿਕ ਜਿਹੜੀ ਹੈ ਪਲਾਜ਼ਮਾ ਮੈਂਬਰੇਨ, ਦੈਟ ਵਾਜ਼ ਐਂਡ ਇਨਸਾਈਡ ਸਾਈਟੋਪਲਾਜ਼ਮ, ਜਿਹੜਾ ਸਾਈਟੋਪਲਾਜ਼ਮ ਕੰਟੇਨ ਆਲ ਦਾ ਸੈੱਲ ਔਰਗਨਾਈਜ਼, ਦੈਟ ਇਜ਼ ਦੀ ਹੈਵਿੰਗ ਐਂਡੋਪਲਾਜ਼ਮਿਕ ਰੈਟੀਕਲ ਇਨ ਫੋਰਮ ਆਫ ਸਮੂਥ ਐਂਡ ਰਫ, ਰਾਈਬੋਸੋਮ ਲਾਈਂਗ ਫਰੀ ਐਜ਼ ਵੈਲ ਐਜ਼ ਅਟੈਚ ਟੂ ਦਾ ਐਂਡੋਪਲਾਜ਼ਮਿਕ ਰੈਟੀਕਲ ਵੈਸੀਕਲਸ, ਮਾਈਟੋਕੋਂਡਰੀਆ, ਠੀਕ ਹੈ, ਐਂਡ ਦੋਜ਼ ਆਫ ਦਾ ਵੀ ਕੈਨ ਸੇ ਗੋਲਜੀ ਅਪਰੇਟਸ, ਹੈਮੈਟਿਨ ਗ੍ਰੈਨਿਊਲਸ ਐਂਡ ਵੈਕਿਊਲਸ. ਦ ਅਡਲਟ ਟ੍ਰੋਫੋਜ਼ੋਇਟ ਆਲਮੋਸਟਲੀ ਫਿਲ ਦਾ ਕਾਪਸਸ ਐਂਡ ਜਿਹੜਾ ਹੈ ਐਂਡ ਗੈਟ ਇਨ ਲਾਰਜ ਇਨ ਸਾਈਜ਼, ਇਟ ਇਜ਼ ਨਾਓ ਰੈਡੀ ਟੂ ਮਲਟੀਪਲਾਈ, ਸੋ ਇਟ ਮਲਟੀਪਲਾਈ ਬਾਈ ਮਲਟੀਪਲ ਫਿਊਜ਼ਨ ਐਂਡ ਕਾਲਡ ਰਿਥਰੋਸਿਟਿਕ ਸ਼ਾਈਜ਼ੋਗੋਨੀ, ਰਿਥਰੋਸਿਟਿਕ ਸ਼ਾਈਜ਼ੋਜ਼ੋਇੰਟ, ਇਟਸ ਨਿਊਕਲੀਅਸ ਡਿਵਾਈਡ ਟੂ ਫੋਰਮ ਨੰਬਰ ਇਜ਼ ਨੀਅਰ ਅਬਾਊਟ 12 to 24, ਠੀਕ ਹੈ, ਟਾਈਨੀ ਨਿਊਕਲੀਆਈ, ਦ ਲੇਟਰ ਲਾਈ ਇਨ ਨੀਅਰ ਦਾ ਸਰਫੇਸ ਲਿਵਿੰਗ ਦਾ ਹਿਮੈਟਿਨ ਇਨ ਦਾ ਸੈਂਟਰ, ਠੀਕ ਹੈ, ਸੋ ਹਿਮੈਟਿਨ ਇਨ ਦਾ ਸੈਂਟਰ ਹੈ ਕਿ ਉਹ ਇਸ ਤਰ੍ਹਾਂ ਅਰੇਂਜ ਕਰ ਆਪਣੇ ਆਪ ਨੂੰ ਲੱਗ ਜਾਂਦੀ ਹੈ, ਐਂਡ ਦੈਟ ਇਜ਼ ਅ ਬਿਟ ਆਫ ਸਾਈਟੋਪਲਾਜ਼ਮ ਗੈਦਰ ਅਰਾਊਂਡ ਈਚ ਟਾਈਨੀ ਮਲਟੀ ਜਿਹੜੇ ਨਿਊਕਲੀਏਟਡ ਬਣੇ ਸੀਗੇ, ਸੋ ਉਹਨਾਂ ਦੇ ਦੁਆਲੇ ਇਕੱਠਾ ਹੋ ਗਿਆ ਸਾਈਟੋਪਲਾਜ਼ਮ, ਠੀਕ ਹੈ, ਐਂਡ ਦੈਨ ਜੇ ਸ਼ੇਪ ਦੇਖਦੇ ਹਾਂ ਵੀ ਨੇਮ ਇਟ ਇਜ਼ ਕਾਲਡ ਐਜ਼ ਅ ਸਿੰਪਲੀ ਕਾਲਡ ਐਜ਼ ਅ ਮੀਰੋਜ਼ੋਇੰਟ, ਸੋ ਮੀਰੋਜ਼ੋਇੰਟ ਜਿਹੜੇ ਨੇ ਦੇ ਆਰ ਸ਼ਾਰਟਰ ਐਂਡ ਥਿੱਕਰ ਦੈਨ ਦਾ ਸਪੋਰੋਜ਼ੋਇੰਟ ਐਂਡ ਓਵਲ ਇਨ ਸ਼ੇਪ, ਐਂਡ ਆਪਾਂ ਜਦੋਂ ਇਸ ਚੀਜ਼ ਨੂੰ ਦੇਖਦੇ ਹਾਂ ਕਿ ਦਾ ਰੈਜੀਡਿਊਲ ਸਾਈਟੋਪਲਾਜ਼ਮ ਕੰਟੇਨਿੰਗ ਹੈਮੈਟਿਨ, ਅਤੇ ਕੀ ਹੈ ਕਿ ਉਹ ਹੈਮੈਟਿਨ ਦੇ ਦੁਆਲਾ ਜਿਹੜੇ ਹੈ ਉਹ ਇਸ ਤਰ੍ਹਾਂ ਅਰੇਂਜ ਹੋ ਜਾਂਦੇ ਹੈ ਦੈਮਸੈਲਫ, ਲਾਈਕ ਜਿਵੇਂ ਪੈਟਲਸ ਜਿਹੜੀਆਂ ਨੇ ਫਲਾਰਸ ਜਾਂ ਪੈਟਲ ਅਰੇਂਜ ਹੋਈਆਂ ਹੁੰਦੀਆਂ, ਐਂਡ ਦਿਸ ਸਟੇਜ ਇਜ਼ ਸਮ ਟਾਈਮ ਆਲਸੋ ਕਾਲਡ ਐਜ਼ ਅ ਰੋਜ਼ੈਟ ਸਟੇਜ, ਸੋ ਇਟ ਇਜ਼ ਕਾਲਡ ਐਨ ਰੋਜ਼ੈਟ ਸਟੇਜ, ਅਬਾਊਟ 48 ਆਰ ਆਫ ਆਫਟਰ ਇਟਸ ਇਨਫੈਕਸ਼ਨ ਦਾ ਵੀਕੈਂਡਸ ਕਾਪਸਰ ਰਪਚਰ, ਦਿਸ ਰਿਲੀਜ਼ ਮੀਰੋਜ਼ੋਇੰਟਸ ਇਨ ਟੂ ਦਾ ਪਲਾਜ਼ਮਾ ਅਲੋਂਗ ਵਿਦ ਦਾ ਰੈਜੀਡਿਊਲ ਸਾਈਟੋਪਲਾਜ਼ਮ ਹੈਮੈਟਿਨ ਐਂਡ ਟੋਕਸਿਨ. ਹੁਣ ਜਿਹੜਾ ਰੈਜੀਡਿਊਲ ਸਾਈਟੋਪਲਾਜ਼ਮ ਹੈ ਜਾਂ ਹੈਮੈਟਿਨ ਹੈ ਉਸਨੂੰ ਕੌਣ ਖਾ ਲੈਂਦਾ, ਇਟ ਇਜ਼ ਈਟਨ ਅਪ ਬਾਏ ਦਾ ਫੈਗੋਸਾਈਟਸ ਆਫ ਦਾ ਸਪਲੀਨ ਹੈ, ਕਿਡਨੀ ਹੈ, ਠੀਕ ਹੈ, ਔਰ ਵੀ ਕਹਿੰਦੇ ਸੀ ਆਪਾਂ ਜਾਂ ਮੋਟੀ ਗੱਲ 'ਚ ਕਹਿੰਦੇ ਕਿ ਲਿਵਰ ਦੇ ਜਿਹੜੇ ਹੈ WBC ਹੁੰਦੇ ਨੇ ਦੇ ਵਿਲ ਬੀ ਕੰਜ਼ਿਊਮ ਦੈਟ, ਸੋ ਲਿਬਰੇਸ਼ਨ ਐਂਡ ਰਿਵਰਜ਼ਨ ਡੂ ਨੋਟ ਅਕਰ ਕੰਟੀਨਿਊਸਲੀ ਬਟ ਰਾਦਰ ਇਟ ਇਜ਼ ਡਿਸਕ੍ਰੀਟ ਐਪੀਸੋਡ ਹੁੰਦਾ, ਆ ਟਾਈਮ ਰਿਕੁਆਇਰਡ ਟੂ ਕੰਪਲੀਟ ਰਿਥੋਸੈਟਿਕ ਸ਼ਾਈਜ਼ੋਗੋਨੀ ਡਿਟਰਮਾਈਨ ਦਾ ਪੀਰੀਅਡ ਬਿਟਵੀਨ ਦਾ ਸਕਸੈਸਿਵ ਫੇਜ਼, ਮਤਲਬ ਹੈ ਕਿ ਜਿੰਨਾ ਟਾਈਮ ਉਹਦੇ 'ਚ ਲੱਗੇਗਾ ਉਸ ਪੀਰੀਅਡ ਨੂੰ ਆਪਾਂ ਨੋਟ ਕਰਦੇ ਹਾਂ, ਸੋ ਫੀਵਰ ਵੀ ਇਸੇ ਕਰਕੇ ਹੁੰਦਾ, ਰਿਥਰੋਸਿਟਿਕ ਸ਼ਾਈਜ਼ੋਗੋਨੀ ਰਿਪੀਟ ਅਬਾਊਟ 5 times ਬਿਫੋਰ ਦਾ ਪੈਰਾਸਾਈਟ ਬਿਕਮ ਨਿਊਮਰਸ ਐਂਡ ਪ੍ਰੋਡਿਊਸ ਇਨਫ ਟੋਕਸਿਕ ਟੂ ਕੋਸ ਮਲੇਰੀਅਲ ਫੀਵਰ, ਠੀਕ ਹੈ, 5 ਵਾਰੀ ਉਹਨੂੰ ਰਿਥਰੋਸਿਟਿਕ ਫੇਜ਼ 'ਚ ਇਸ ਤਰ੍ਹਾਂ ਘੁੰਮਣਾ ਪੈਂਦਾ, ਤਾਂ ਹੀ ਜਿਹੜਾ ਉਹ ਇੰਨਾ ਕੁ ਪੈਰਾਸਾਈਟ ਹੋਏਗਾ ਤਾਂ ਹੀ ਆਪਣੇ ਕੋਲ, ਅਦਰਵਾਈਜ਼ ਜੇ ਬਹੁਤ ਬੇਟਾ ਥੋੜ੍ਹੇ ਨੰਬਰ 'ਚ ਪੈਰਾਸਾਈਟ ਆਪਣੀ ਬੋਡੀ 'ਚ ਹੋਵੇ ਤਾਂ ਆਪਣੇ ਇਮਿਊਨ ਸਿਸਟਮ ਹੀ ਇੰਨਾ ਸਟਰੋਂਗ ਹੁੰਦਾ ਕਿ ਉਸਨੂੰ ਲੋੜ ਹੀ ਨਹੀਂ ਪੈਂਦੀ ਕਿ ਉਹ ਜਿਹੜਾ ਹੈ ਆਪਣੀ ਬੋਡੀ ਜਿਹੜੀ ਹੈ ਕੰਟਰੋਲ ਕਰ ਲੈਂਦੀ, ਮੀਨਸ ਆਪਣੀ ਇਮਿਊਨਿਟੀ ਇੰਨੀ ਹੈ, ਜਦੋਂ ਸੋ ਦੈਟ ਮੀਨਸ 5 to 6 times ਮਲਟੀਪਲਾਈ ਕਰਕੇ ਨੰਬਰ ਇੰਨਾ ਇਨਕਰੀਜ਼ ਹੋ ਜਾਂਦਾ ਕਿ ਆਪਣੇ ਅੰਦਰ ਕੀ ਹੈ ਫੀਵਰ ਹੁੰਦਾ, ਐਂਡ ਫੀਵਰ ਜਿਹੜਾ ਹੈ ਤੁਸੀਂ ਦੇਖੋ ਕਿ ਪਲਾਜ਼ਮੋਡੀਅਮ ਵਾਈਵੈਕਸ ਵਾਲਾ ਜਿਹੜਾ ਹੈ ਦੈਟ ਵਾਜ਼ ਕੋਜ਼ਿੰਗ ਅ ਫੀਵਰ, ਸੋ ਜੇ ਆਪਾਂ ਆਲਰੇਡੀ ਦੇਖ ਰਹੇ ਸੀਗੇ ਕਿ ਉਹ ਦੁਆਰਾ ਦੁਆਰਾ ਜਿਹੜਾ ਫੀਵਰ ਜਦੋਂ ਕੋਜ਼ ਕਰਦਾ ਉਹ ਕਦੋਂ ਕਦੋਂ ਜਦੋਂ ਇਰੀਥਰੋਸਾਈਟਸ ਨੂੰ ਉਹ ਡੈਮੇਜ ਕਰਕੇ ਰਿਲੀਜ਼ ਹੁੰਦੇ ਨੇ, ਸੋ ਇਸ ਕਰਕੇ ਆਪਾਂ ਦੇਖਿਆ ਕਿ ਮਲੇਰੀਆ ਦੇ ਅੰਦਰ ਇਹ ਫੇਜ਼ ਜਿਹੜਾ 48 hours ਬਾਅਦ
कंप्लीट हुंदा सो दैट इज़ द मेन पार्ट इज देयर ठीक है द एरिथ्रोसाइटिक साइजोगोनी आल्सो कॉल्ड अ साइकल ऑफ गोल्जी आफ्टर इट्स डिस्कवरी ठीक है सो उस तो बाद जड़ी है बेटा नैक्सट जो शुरू होना है वो नैक्सट फेज है जिसनों असी कहांगे गैमोगोनी सो गैमोगोनी जड़ी है वो अगेन जे आपां देखिए तो गैमोगोनी शुरू जड़ी है दैट वाज स्टार्ट इन द ह्यूमन बीइंग एंड एंड इन टू द मॉस्किटो सो वी स्टार्ट दिस गैमोगोनी इन आवर नैक्सट लैक्चर थैंक यू